ਜਥਾ ਆਪਣਾ ਇਸ ਲਾਗੇ ਸਾਡਾ ਪਿੰਡ ਭਟੋਰੀ ਹੈ। ਹਰ ਟਾਈਮ ਜਦੋਂ ਵੀ ਇਹਨਾਂ ਨੂੰ ਕਹੀਏ ਸਵੇਰ ਦੀ ਭਾਵੇਂ ਆਸਾ ਦੀ ਵਾਰ ਆ ਜਾਂ ਕੋਈ ਵੀ ਪ੍ਰੋਗਰਾਮ ਹੋਵੇ, ਇਹ ਦੋ ਜਥੇ ਸਾਡੇ ਕੋਲ ਭਾਈ ਸਾਹਿਬ ਭਾਈ ਸੁਖਬੀਰ ਸਿੰਘ ਜੀ ਮੰਗੋਈ ਵਾਲੇ, ਭਾਈ ਗੁਰਚਰਨ ਸਿੰਘ ਜੀ ਮਾਲ ਭੂਮੇ ਵਾਲੇ, ਭਾਈ ਜਸੀ ਸਿੰਘ ਜੀ ਮੰਡਿਆਲੇ ਵਾਲੇ, ਸਾਰੇ ਜਥੇ ਸਾਡੇ ਘਰ ਦੇ ਆਪਣੇ ਹਨ। ਸੋ ਗੁਰੂ ਘਰ ਦੀ ਹਮੇਸ਼ਾ ਜਦੋਂ ਲੋੜ ਪਵੇ ਹਾਜ਼ਰੀ ਭਰਦੇ, ਧੰਨਵਾਦ ਹੈ ਜੀ। ਬਾਬਾ ਨਾਮਦੇਵ ਜੀ ਦਰਬਾਰ ਸਾਹਿਬ ਕਮੇਟੀ ਵੱਲੋਂ, ਸੰਗਤ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਗੁਰੂ ਘਰ ਦਾ ਸਨਮਾਨ ਜਿਹੜਾ ਉਹ ਲੈਣਾ ਜੀ। ਬਹੁਤ ਬਹੁਤ ਧੰਨਵਾਦ ਜੀ। ਮੈਂ ਅੱਗੇ ਵੀ ਬੇਨਤੀ ਕੀਤੀ, ਗੁਰੂ ਘਰ ਲੰਗਰ ਚੱਲਦੇ ਹਨ, ਸੰਗਤਾਂ ਅੱਗੇ ਬੇਨਤੀ ਹੈ, ਬਾਬਾ ਨਾਮਦੇਵ ਭਵਨ ਵਿਖੇ, ਇੱਧਰ ਬਾਬਾ ਨਾਮਦੇਵ ਗੌਰਮੈਂਟ ਸਕੂਲ ਵਿਖੇ ਵੀ ਗੁਰੂ ਘਰ ਲੰਗਰ ਚੱਲ ਰਹੇ ਹਨ। ਸੋ ਲੰਗਰ ਛੱਕ ਕੇ ਸਾਰਿਆਂ ਨੂੰ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬੈਠ ਕੇ ਗੁਰੂ ਘਰ ਦੀ ਬਾਣੀ ਸਰਵਣ ਕਰਨੀ ਹੈ। ਸਾਡੇ ਬਹੁਤ ਹੀ ਪਿਆਰ ਵਾਲੇ ਸਾਡਾ ਭਾਈਚਾਰਾ ਸਰਦਾਰ ਨਰਿੰਦਰ ਸਿੰਘ ਜੀ ਰੱਖੜਾ ਪ੍ਰਧਾਨ ਤਾਂ ਛੱਤਰੀ ਆਲ ਇੰਡੀਆ ਤੱਕ ਛੱਤਰੀ, ਉਹਨਾਂ ਦੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਮੰਨਣ ਰਿਟਾਇਰ ਸਟੂਡੈਂਟ, ਸਰਦਾਰ ਮੱਥਾ ਸਿੰਘ ਜੀ ਤੱਗਰ ਰਿਟਾਇਰਡ ਇੰਸਪੈਕਟਰ, ਸੁਖਮੰਦਰ ਸਿੰਘ ਬੇਦੀ ਰਿਟਾਇਰਡ ਸੁਪਰਡੈਂਟ, ਸਰਦਾਰ ਖਰਿੰਦਰ ਸਿੰਘ ਬੇਦੀ ਰਿਟਾਇਰਡ ਪੰਜਾਬ ਰੋਡਵੇਜ, ਨਾਲ ਡਾਕਟਰ ਸੁਰਿੰਦਰ ਸਿੰਘ ਜੱਸਲ, ਜੇ ਇਹ ਮਹਾਂਮਾਰੀ ਕਰੋਨਾ ਦੀ ਨਾ ਹੋਈ, ਇਹ ਪ੍ਰੋਗਰਾਮ ਬਾਹਰ ਸਾਡੇ ਸਟੇਡੀਅਮ ਦੇ ਵਿੱਚ ਜਾਂ ਬਾਹਰ ਸਟੇਜ ਦੇ ਵਿੱਚ ਹੋਣਾ ਸੀ, ਬਾਹਰ ਸਟੇਜ ਆਉਣੀ ਸੀ, ਔਰ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਨੇ ਇੱਥੇ ਪਹੁੰਚਣਾ ਸੀ। ਸੋ ਕਿਰਪਾ ਕਰੇ ਹੁਣ ਬੇਨਤੀ ਕਰਾਂਗਾ ਸਰਿੰਦਰ ਸਿੰਘ ਜੀ ਦਰਸ਼ਨ ਸਿੰਘ ਜੀ ਸਾਡੇ ਮੋਦੀ ਸਾਹਿਬ ਬਾਬਾ ਫਰੀਦਾ ਜੀ ਕਮੇਟੀ ਇਤਿਹਾਸ ਸਾਹਿਬ ਲੰਗਰ ਦੀਆਂ ਸੇਵਾਵਾਂ ਸਾਰੀ ਜਿਹੜੀ ਜਦੋਂ ਨਗਰ ਕੀਰਤਨ ਹੁੰਦਾ ਹੈ ਬੜੀ ਵੱਡੀ ਸੇਵਾ ਸਾਰਾ ਹੀ ਉਹ ਪ੍ਰਬੰਧ ਕਰਦੇ ਹਨ, ਉਹ ਵੀ ਗੁਰੂ ਘਰ ਦਾ ਸਨਮਾਨ ਹੈ। ਮੈਂ ਇਹ ਸਨਮਾਨ ਤੋਂ ਬਿਨਾਂ ਸਾਡੇ ਨਰਿੰਦਰ ਸਿੰਘ ਜੀ ਰੱਖਦਾ ਸਿੰਘ ਦੋ ਮਿੰਟ ਲਈ
ਕੁਛ ਆਪਣੇ ਵਿਚਾਰ ਰੱਖਣਗੇ ਜਾਣ ਦੇ ਵਿੱਚ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਾਜ਼ਰੀ ਵਿੱਚ ਜੁੜ ਬੈਠੇ